ਤੁਸੀਂ ਦਰਸ਼ਨ ਕਰ ਰਹੇ ਹੋ ਕਿਲ੍ਹਾ ਗੋਬਿੰਦਗੜ੍ਹ। ਇਹ ਕਿਲ੍ਹਾ ਮਹਾਰਾਜਾ ਰਣਜੀਤ ਸਿੰਘ ਜੀ ਅਤੇ ਗੁੱਜਰ ਸਿੰਘ ਭੰਗੀ ਦੁਆਰਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਬਣਾਇਆ ਗਿਆ। ਇਸ ਕਿਲ੍ਹੇ ਦਾ ਮੁੱਖ ਗੇਟ ਨਲਵਾ ਗੇਟ ਨਾਲ ਜਾਣਿਆ ਜਾਂਦਾ ਹੈ, ਜੋ ਕਿ ਹਰੀ ਸਿੰਘ ਨਲਵੇ ਦੀ ਯਾਦ ਦੇ ਵਿੱਚ ਰੱਖਿਆ ਗਿਆ। ਸਰਕਾਰ ਦੁਆਰਾ ਇਹ ਕਿਲ੍ਹਾ ਰੈਨੋਵੇਟ ਕਰਕੇ 2017 ਦੇ ਵਿੱਚ ਆਮ ਸੈਲਾਨੀਆਂ ਦੇ ਲਈ ਖੋਲ੍ਹ ਦਿੱਤਾ ਗਿਆ ਹੈ। ਇਹ ਕਿਲ੍ਹਾ ਲਗਭਗ 43 ਏਕੜ ਜ਼ਮੀਨ ਦੇ ਵਿੱਚ ਫੈਲਿਆ ਹੋਇਆ ਹੈ। ਇਸ ਦੇ ਵਿੱਚ ਇੱਕ ਤੋਸਾਖਾਨਾ ਹੈ, ਜਿਸ ਦੇ ਵਿੱਚ ਕਿਸੇ ਸਮੇਂ ਕੋਹੇਨੂਰ ਹੀਰਾ ਰੱਖਿਆ ਜਾਂਦਾ ਸੀ। ਇਸ ਕਿਲ੍ਹੇ ਨੂੰ ਦੇਖਣ ਦੇ ਲਈ 200 ਰੁਪਏ ਪਰ ਪਰਸਨ ਟਿਕਟ ਰੱਖੀ ਗਈ ਹੈ।